गाइस गुड मॉर्निंग। उम्मीद करती हां तुसीं सारे ठीक ठाक होगे। सब तो पहला तुहाडा सारिआं दा शुक्रिया कहना चाहनी हां। मैनूं तुहाडे सब लोकां दे थाउजेंड्स विच मैसेज मिले, मैम वी मिस यू, वी लव यू। ते सॉरी मैं सारिआं दे रिप्लाई नहीं दे पाई। तुहानूं भी पता है कि रिप्लाई देना इन्ना थाउजेंड विच मैसेज सन। ते आई लव यू ऑल। तुहाडे इन्ने सारे मैसेज ने ਜਿਹੜੇ ਜਿਹੜੇ ਦਿਨ ਮੇਰੇ ਮੈਨੂੰ ਇੱਥੇ ਦਾ ਸਟਾਫ ਦੱਸਦਾ ਸੀ, ਮੈਂ ਖੁਦ ਵੀ ਦੇਖਦੀ ਸੀ ਮੈਸੇਜ, ਮੇਰਾ ਦਿਨ ਬਣਾ ਦਿੰਦੇ ਸੀ। ਮੇਰੀ ਪ੍ਰੇਅਰ ਵਿੱਚ ਹਰ ਵੇਲੇ ਤੁਸੀਂ, ਮੈਂ ਸਾਊਥ ਗਈ ਹੋਈ ਸੀ ਬੱਚਿਆਂ ਦੇ ਨਾਲ, ਮੈਂ ਆਫਟਰ 30 ਈਅਰਸ ਬਾਅਦ 15 ਦਿਨ ਦਾ ਇੱਕ ਬ੍ਰੇਕ ਲਿੱਤਾ ਕਿ ਆਪਣੀ ਫੈਮਿਲੀ ਦੇ ਨਾਲ ਗਈ, ਉਹ ਵੀ ਆਪਣੇ ਛੋਟੇ ਬੇਟੇ ਦੀ ਜਿੱਦ ਤੇ। ਪਰ ਖੈਰ 2-3 ਦਿਨ ਜਾ ਕੇ ਮਨ ਨਹੀਂ ਲੱਗਾ, ਫਿਰ ਬੱਚਿਆਂ ਦੇ ਨਾਲ, ਬੱਚਿਆਂ ਪਿੱਛੇ ਸੈਕਰੀਫਾਈਜ਼ ਕਰਨਾ ਪਿਆ। ਔਰ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ। ਤੁਹਾਡੇ ਪਰਿਵਾਰ ਦੀ ਖੁਸ਼ਹਾਲੀ ਲਈ ਹਮੇਸ਼ਾ ਪ੍ਰੇ ਕਰਦੀ ਰਹਿੰਦੀ ਹਾਂ। ਅੱਜ ਮੈਂ ਇੱਕ ਬਹੁਤ ਹੀ ਕਿਸੇ ਦੀ ਇੱਕ ਮੈਨੂੰ ਕੰਪਲੇਂਟ ਆਈ ਹੈ, ਸਪੈਸ਼ਲ ਇੱਕ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਆਈ ਹਾਂ। ਇੱਕ ਪਿਕਚਰ 22 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਕਿ ਸੱਸ ਕੁੱਟਣੀ। ਮੈਂ ਸਾਡੀ ਪੰਜਾਬ ਸਟੇਟ ਵਿਮਨ ਕਮਿਸ਼ਨ ਦਾ ਜਿਹੜਾ ਹਮੇਸ਼ਾ ਤੋਂ ਕੰਸਰਨ ਰਿਹਾ ਕਿ ਫੈਮਿਨਿਜ਼ਮ ਤੇ ਜਦੋਂ ਵੀ ਗੱਲ ਹੁੰਦੀ ਹੈ ਜਾਂ ਵੁਮੈਨ ਇੰਪਾਵਰਮੈਂਟ ਤੇ, ਜਿੰਨੇ ਮਰਜ਼ੀ ਬੁੱਕਸ ਲਿਖੀਆਂ ਜਾਣ, ਜਿੰਨੇ ਮਰਜ਼ੀ ਸੈਮੀਨਾਰ ਹੋ ਜਾਣ, ਮੇਰਾ ਹਮੇਸ਼ਾ ਤੋਂ ਇੱਕ ਕੰਸਰਨ ਰਿਹਾ ਕਿ ਜਦ ਤੱਕ ਔਰਤ ਔਰਤ ਨਾਲ ਪਿਆਰ ਨਹੀਂ ਕਰੇਗੀ, ਔਰਤ ਔਰਤ ਦਾ ਸਨਮਾਨ ਨਹੀਂ ਕਰੇਗੀ, ਇਹ ਸਭ ਚੀਜ਼ਾਂ ਕਿਤਾਬੀ ਸਿਰਫ ਇੱਕ ਲਾਈਨ ਹੈ। ਫੈਮਿਨਿਜ਼ਮ ਵਰਲਡ ਵੁਮੈਨ ਇੰਪਾਵਰਮੈਂਟ ਤੇ ਇਹ ਸਭ ਅਜੂਲ ਫਜੂਲ ਹੈ। ਤਦ ਤੱਕ ਵੁਮੈਨ ਇੰਪਾਵਰ ਨਹੀਂ ਹੋਏਗੀ ਜਦ ਤੱਕ ਔਰਤ ਔਰਤ ਨਾਲ ਪਿਆਰ ਨਹੀਂ ਕਰੇਗੀ, ਜਿਹਦੇ ਤੇ ਅਸੀਂ ਬਾਰ ਬਾਰ ਗੱਲ ਕਰਦੇ ਰਹਿੰਦੇ ਹਾਂ। ਤੇ ਇੱਕ ਜਿਹੜਾ ਏਦਾਂ ਦੀ ਮੂਵੀ ਆ ਰਹੀ ਹੈ ਕਿ ਸੱਸ ਕੁੱਟਣੀ, ਸਾਡੀ ਪੰਜਾਬ ਸਟੇਟ ਵਿੱਚ ਸਾਡੇ ਕਲਚਰ ਨੂੰ ਇੱਕ ਜਿਹੜਾ ਵਾਇਲੈਂਸ ਦਾ ਇੱਕ ਹੈ ਮੈਸੇਜ ਦੇਣ ਦੇ ਨਾਮ ਤੇ ਮੂਵੀ ਬਣਾਈ ਗਈ ਹੈ। ਪੰਜਾਬ ਸਟੇਟ ਵਿਮੈਨ ਕਮਿਸ਼ਨ ਦੇ ਹੁੰਦਿਆਂ ਕੋਈ ਵੀ ਔਰਤ ਔਰਤ ਨੂੰ ਹੱਥ ਲਗਾ ਕੇ ਦਿਖਾਏ, ਸਾਡੇ ਹੁੰਦਿਆਂ ਚਾਹੇ ਉਹ ਸੱਸ ਹੋਏ, ਚਾਹੇ ਉਹ ਨੂੰਹ ਹੋਏ, ਚਾਹੇ ਉਹ ਧੀ ਹੋਏ। ਤੇ ਮੈਨੂੰ ਇਹ ਲੱਗਦਾ ਹੈ ਕਿ ਏਦਾਂ ਦੀ ਪਿਕਚਰਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਅੱਜ ਇੱਕ ਨੋਟਿਸ ਇਸ਼ੂ ਕਰ ਰਹੇ ਹਾਂ, ਪੰਜਾਬ ਸਰਕਾਰ ਨੂੰ ਵੀ ਲਿਖਾਂਗੇ, ਆਨਰੇਬਲ ਚੀਫ ਮਿਨਿਸਟਰ ਤੋਂ ਮੈਨੂੰ ਬਹੁਤ ਉਮੀਦਾਂ ਨੇ ਕਿਉਂਕਿ ਉਹ ਕਲਾ ਦਾ ਬੜਾ ਸਨਮਾਨ ਕਰਦੇ ਰਹੇ ਨੇ, ਕਲਾ ਤੋਂ ਖੁਦ ਜੁੜੇ ਰਹੇ ਨੇ। ਸਾਡੀ ਕਮਿਸ਼ਨ ਦਾ ਇਹ ਕੰਸਰਨ ਸਮਝਣਗੇ ਕਿ ਇੱਕ ਔਰਤ ਦੀ ਡਿਗਨਿਟੀ ਨੂੰ ਲੈ ਕੇ ਜਿਹੜਾ ਇੱਕ ਸੱਸ ਵਰਡ ਯੂਜ ਕੀਤਾ ਗਿਆ ਉਹ ਨਹੀਂ ਹੋਣਾ ਚਾਹੀਦਾ, ਇੱਕ ਗਲਤ ਮੈਸੇਜ ਦਿੰਦਾ ਹੈ। ਤੇ ਅਸੀਂ ਹੁਣ ਅੱਜ ਇੱਕ ਸੂ ਮੋਟੋ ਲੈਂਦੇ ਹੋਏ, ਇੱਕ ਕੰਪਲੇਂਟ ਦੇ ਬੇਸ ਤੇ ਅੱਜ ਇੱਕ ਨੋਟਿਸ ਇਸ਼ੂ ਕਰਨ ਲੱਗੇ ਹਾਂ ਕਿ ਸਾਨੂੰ 22 ਤਰੀਕ ਨੂੰ 2 ਵਜੇ ਆ ਕੇ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਜੋ ਵੀ ਨੇ, ਜਿਨ੍ਹਾਂ ਨੇ ਇਸ ਪਿਕਚਰ ਨੂੰ ਟਾਈਟਲ ਦਿੱਤਾ ਹੈ, ਸਾਨੂੰ ਆ ਕੇ ਬਰੀਫ ਕਰਨ ਕਿ ਐਕਚੁਅਲ ਇਸ ਪਿਕਚਰ ਵਿੱਚ ਇੱਦਾਂ ਦਾ ਕਿਹੜਾ ਮੈਸੇਜ ਹੈਗਾ ਕਿ ਜਿਹੜਾ ਉਹਨਾਂ ਨੇ ਨਾਮ ਰੱਖਿਆ ਕਿ ਸੱਸ ਕੁੱਟਣੀ, ਮੈਂ ਸੱਸ ਕੁੱਟਣੀ। ਤੇ ਉਮੀਦ ਕਰਦੀ ਹਾਂ ਕਿ ਸਾਨੂੰ, ਅਸੀਂ ਇਹਦੇ ਵਿੱਚ ਸੈਂਸਰ ਬੋਰਡ ਨੂੰ ਵੀ ਲਿਖਾਂਗੇ, ਸਾਡੇ ਤਰਫੋਂ ਇਹ ਸੀਸੀ ਕਾਪੀ ਭਾਰਤ ਸਰਕਾਰ ਨੂੰ ਵੀ ਜਾਏਗੀ, ਪੰਜਾਬ ਸਰਕਾਰ ਨੂੰ ਵੀ ਜਾਏਗੀ। ਹੋਰ ਮੈਨੂੰ ਇੱਕ ਮੀਡੀਆ ਤੋਂ ਸ਼ਿਕਾਇਤ ਹੈ ਜਿਹੜੀ ਅੱਜ ਤੱਕ 4 ਸਾਲ ਦੇ ਕੰਮ ਵਿੱਚ ਕਦੀ ਵੀ ਨਹੀਂ ਹੋਈ, ਜਿੰਨਾ ਮੀਡੀਆ ਸਪੋਰਟ ਕਰਦਾ ਰਿਹਾ, ਸਪੋਰਟ ਸਿਸਟਮ ਉਹਨਾਂ ਦਾ ਬਣਿਆ ਰਹੇਗਾ। ਕਿਉਂਕਿ ਮੈਨੂੰ ਮੀਡੀਆ ਨੇ ਵੀ ਬੜੇ ਸਾਰੇ ਫੋਨ ਕੀਤੇ ਕਿ ਮੈਡਮ ਤੁਸੀਂ ਕਦੋਂ ਦੁਬਾਰਾ ਤੋਂ ਜੁਆਇਨ ਕਰਨੇ ਹੋ, ਉਹਨਾਂ ਦਾ ਵੀ ਸਭ ਦਾ ਦਿਲ ਤੋਂ ਸ਼ੁਕਰੀਆ ਕਰਦੀ ਹਾਂ ਕਿ ਮੀਡੀਆ ਨੇ ਵੀ ਇਸ ਮੈਟਰ ਦੀ ਤਰਫ ਧਿਆਨ ਕਿਉਂ ਨਹੀਂ ਦਿੱਤਾ। ਉਹ ਤਾਂ ਬੜੇ ਸਜਗ ਰਹਿੰਦੇ ਨੇ, ਐਨਜੀਓ ਵਾਲੇ ਬੜੇ ਸਜਗ ਰਹਿੰਦੇ ਨੇ ਕਿ ਇੱਦਾਂ ਦਾ ਜੇ ਪਿਕਚਰ ਵਿੱਚ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਇੱਦਾਂ ਦੇ ਵਾਇਲੈਂਸ ਦੇ ਮੈਸੇਜ ਸਾਡੀ ਸਟੇਟ ਨੂੰ ਜਾਂ ਕਿਸੇ ਵੀ ਹੋਰ ਸਟੇਟ ਨੂੰ ਸਾਨੂੰ ਸ਼ੋਭਾ ਨਹੀਂ ਦਿੰਦੇ। ਤੇ ਅਸੀਂ ਅੱਜ ਇੱਕ ਨੋਟਿਸ ਇਸ਼ੂ ਕਰ ਰਹੇ ਹਾਂ, ਉਮੀਦ ਕਰਦੇ ਹਾਂ ਕਿ ਸਾਨੂੰ 22 ਤਰੀਕ ਨੂੰ 3 ਵਜੇ ਇਹਦਾ ਜਵਾਬ ਹੁਣੇ ਉਹ ਨੋਟਿਸ ਫੇਸਬੁੱਕ ਤੇ ਇਸ਼ੂ ਕਰ ਦਿੱਤਾ ਜਾਏਗਾ, ਗਵਰਨਮੈਂਟ ਨੂੰ ਵੀ ਫਾਰਵਰਡ ਕਰ ਦਿੱਤਾ ਜਾਏਗਾ। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਸਾਡਾ ਮੇਰਾ ਮੈਸੇਜ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਔਰ ਆਪਣਾ ਸਭ ਦਾ ਖਿਆਲ ਰੱਖੋਗੇ। ਥੈਂਕ ਯੂ। ਜੈ ਹਿੰਦ।